ਹਾਂਜੀ ਭਾਈ ਸਾਹਿਬ ਜੀ, ਕੀ ਵੇਖਦੇ ਹੋ ਜੀ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਜ਼ਮੀਨਾਂ ਵੇਖ ਰਹੇ ਹਾਂ, ਹਰਿਆਲੀ ਵੇਖ ਰਹੇ ਹਾਂ, ਅਤੇ ਮਨ ਵਿੱਚ ਕਈ ਵਾਰ ਆਉਂਦਾ ਵੀ ਜ਼ਮੀਨਾਂ ਲਈਏ, ਜ਼ਮੀਨਾਂ ਖਰੀਦ ਲਈਏ, ਅਤੇ ਬੈਠਿਆਂ ਬੈਠਿਆਂ ਇਹ ਖਿਆਲ ਆਇਆ। ਅਤੇ ਜਦੋਂ ਬੰਦਾ ਰਜਿਸਟਰੀ ਕਰਾਉਂਦਾ ਤਾਂ ਉਹਦੀ ਰਜਿਸਟਰੀ ਤੋਂ ਬਾਅਦ ਇੰਤਕਾਲ ਚੜ੍ਹਾਈ ਜਾਂਦੀ ਆ, ਅਤੇ ਫਿਰ ਕਹਿੰਦੇ ਵੀ ਹਾਂ ਇੰਤਕਾਲ ਚੜ੍ਹ ਗਈ ਆ। ਪਰ ਜਦੋਂ ਧਰਤੀ ਵੱਲ ਤੱਕ ਰਹੇ ਸੀ, ਜ਼ਮੀਨ ਵੱਲ ਤੱਕ ਰਹੇ ਸੀ, ਇਹ ਖਿਆਲ ਆਇਆ ਵੀ ਕਿੰਨੀ ਦੁਨੀਆ ਇੰਤਕਾਲ ਚੜ੍ਹਾਉਂਦੀ ਇਸ ਧਰਤੀ ਤੋਂ ਵਾਪਸ ਚਲੀ ਗਈ ਹੈ, ਕਿਸੇ ਦੇ ਨਾਂ 'ਚ ਤੱਕ ਇਹ ਇੰਤਕਾਲ ਨਹੀਂ ਚੜ੍ਹਿਆ, ਗਾਂ ਟ੍ਰਾਂਸਫਰ ਹੋਈ ਜਾਣ ਦੀ। ਇਹ ਧਰਤੀ ਮਾਂ ਕਹਿ ਰਹੀ ਆ ਵੀ ਮੇਰੀ ਕਿਹਨੇ ਇੰਤਕਾਲ ਕਰਨੀ, ਆ ਇੱਕ ਦਿਨ ਤੇਰਾ ਹੀ ਇੰਤਕਾਲ ਹੋਵੇਗਾ ਅਤੇ ਤੈਨੂੰ ਆਪਣੇ ਵਿੱਚ ਦਫਨਾ ਲਵਾਂਗੀ। ਇਸ ਦੁਨੀਆ ਤੋਂ ਜਦ ਮਨੁੱਖ ਜਾਂਦਾ ਹੈ ਉਹਦੀ ਮੌਤ ਹੁੰਦੀ ਹੈ ਅਤੇ ਉਹਨੂੰ ਇੰਤਕਾਲ ਵੀ ਕਿਹਾ ਜਾਂਦਾ ਹੈ। ਪਤਾ ਨਹੀਂ ਕਿੰਨੀ ਦੁਨੀਆ ਦਾ ਇੰਤਕਾਲ ਹੋ ਗਿਆ ਅਤੇ ਇਸ ਧਰਤੀ ਨੇ ਆਪਣੇ ਵਿੱਚ ਸਮੋ ਲਿਆ। ਕਰ ਕਰ ਥੱਕ ਕੇ ਵੱਡੇ ਵਡੇਰੇ, ਕਿੰਨੀ ਨਾ ਕੀਏ ਕਾਜ ਮਾਇਆ ਪੂਰੇ। ਵੱਡੇ ਵਡੇਰੇ ਵੀ ਇਹ ਕਰਦੇ ਇਸ ਦੁਨੀਆ ਤੋਂ ਚੱਲ ਗਏ ਪਰ ਉਹਨਾਂ ਕੋਲ ਵੀ ਪੂਰੇ ਨਹੀਂ ਹੋਏ। ਸੱਚੇ ਪਾਤਸ਼ਾਹ ਕਹਿੰਦੇ ਰਾਮ ਨਾਮ ਗੁਣ ਗਾਇ ਲੈ ਮੀਤਾ, ਹਰ ਸਿਮਰਤ ਤੇਰੀ ਲਾਜ ਰਹੇ। ਇਹ ਕੰਮ ਕਾਜ ਕਰਦਿਆਂ, ਨੇਕ ਕਮਾਈ ਕਰਦਿਆਂ, ਉਸ ਵਾਹਿਗੁਰੂ ਨੂੰ ਯਾਦ ਕਰਦਿਆਂ ਇਸ ਦੁਨੀਆ ਤੋਂ ਮੁੱਖ ਉਜਲਾ ਲੈ ਕੇ ਜਾਈ, ਤੇਰੀ ਇੱਜ਼ਤ ਪੱਤ ਰਹਿ ਜਾਵੇਗੀ। ਸਤਨਾਮ ਸ੍ਰੀ ਵਾਹਿਗੁਰੂ।